ਇੱਕ ਵਾਰੀ ਫਿਰ ਨੌਜਵਾਨਾਂ ਭੱਜ ਕੇ ਸਲਾਮੀ ਸਾਹਿਲ ਪਹਿਲਵਾਨ ਗੋਲਬਾਗ ਭਾਈ ਛੋਟੀ ਕੁਸ਼ਤੀ ਕੋਈ ਨਾ ਨੀ ਇਹ ਗੱਲ ਨੋਟ ਕਰੋ ਪਹਿਲਵਾਨ ਕੋਈ ਵੀ ਪਹਿਲਵਾਨ ਕਮੇਟੀ ਕੋਲ ਨਾਲ ਧਿਆਨ ਦਿਓ ਆਪਣੀ ਆਪਣੀ ਜਗ੍ਹਾ ਤੇ ਬੈਠੋ ਆਦਰ ਸਾਹਿਲ ਪੁੱਜ ਗਿਆ ਗੋਲਬਾਗ ਵਾਲਾ ਤੇ ਨਾਲ ਹੱਥ ਜਿਹੜੀ ਕਰੇ ਵੀ ਆ ਰਮਨ ਪਹਿਲਵਾਨ ਅਖਨੂਰ ਆ ਫਿਰ ਰਮਨ ਭੱਜ ਕੇ ਕਰੋ ਹੱਥ ਜਿਹੜੀ ਮੱਲੋ ਦੋਨੇ ਵਾਲ ਆਪਣੀ ਤਿਆਰੀ ਕਰ ਲਓ ਪੰਜ ਮਿੰਟ ਦਾ ਸਮਾਂ ਭਾਈ ਧਿਆਨ ਦਿਓ ਕੋਈ ਵੀ ਮੰਨ ਲਓ ਨਾ ਇਹ ਬੇਨਤੀ ਹੈ ਬੈਠੋ ਯਾਰ ਆਪਣੀ ਆਪਣੀ ਜਗ੍ਹਾ ਤੇ ਭਾਈ ਖੜੱਪੂ ਤੇ ਅਕਸ਼ੇ ਆਪਣੀ ਤਿਆਰੀ ਕਰਕੇ ਆ ਜਾਓ ਦੋਨੇ ਮੱਲ ਇਹ ਕੁਸ਼ਤੀ ਹੋਣੀ ਹੈ ਕਬੱਡੀ ਕਹਿੰਦੀ ਜਿਹੜਾ ਮੱਲ ਨਹੀਂ ਲੜਦਾ ਉਸ ਪਹਿਲਵਾਨ ਦੀ ਬਿਲਕੁਲ ਕੁਸ਼ਤੀ ਨਹੀਂ ਹੋਣੀ ਇਹ ਗੱਲ ਨੋਟ ਕਰੋ ਮੱਲ ਨਾਲੇ ਨੋਟ ਕਰਿਓ ਵੀ 5 ਤਰੀਕ ਨੂੰ ਜਿਹੜਾ ਗੁੜਾ ਜਗੀਰ ਦੀ ਧਰਤੀ ਤੇ ਕੁਸ਼ਤੀ ਦੰਗਲ ਹੋਣਾ ਉੱਥੇ ਵੀ ਹਿੰਦੁਸਤਾਨ ਦੇ ਜਿਹੜੇ ਚੋਟੀ ਦੇ ਮੱਲ ਪੁੱਜਣੇ ਸਾਰੇ ਦਰਸ਼ਕਾਂ ਨੇ ਪੁੱਜਣਾ ਸੋਲ ਗੁੜਾ ਜਗੀਰ ਦੀ ਧਰਤੀ ਤੇ ਸਾਰੇ ਦਰਸ਼ਕਾਂ ਨੇ ਪੁੱਜਣਾ ਬਾਕੀ ਪਿਓਰ ਸਰਦਾ ਪੱਤਰ ਵਾਲੇ ਮੱਲਾਂ ਦੀਆਂ ਕੁਸ਼ਤੀਆਂ ਹੋਣਗੀਆਂ ਆਪਣੀ ਜੋੜ ਦਾ ਵਧੀਆ ਮੱਲ ਹੈ ਸਾਡੇ ਜੇਣਕੇ ਦਾ ਵਿਜੇ ਪਹਿਲਵਾਨ ਬਾਈ ਭਜਾਲਤਾ ਬਾਈ ਖੜੱਪੂ ਪਹਿਲਵਾਨ ਜੰਮੂ ਖੜੱਪੂ ਧਿਆਨ ਦਿਓ ਭਲਾਂਜੀ ਕੁਸ਼ਤੀ ਅਕਸ਼ੇ ਨਾਲ ਹੀ ਹੋਣੀ ਹੈ ਜੇ ਨਹੀਂ ਲੜਨਾ ਤਾਂ ਤੁਸੀਂ ਆਰਾਮ ਨਾਲ ਬੈਠੋ ਇਹ ਕਮੇਟੀ ਦਾ ਫੈਸਲਾ ਵੀ ਜੇ ਘੋਲਣਾ ਤਾਂ ਤਿਆਰ ਹੋ ਜਾਓ ਨਹੀਂ ਤਾਂ ਬਿਲਕੁਲ ਕੁਛ ਨਹੀਂ ਹੋਣੀ ਉਹਦੇ ਸਾਡੇ ਵਿਕਰਮ ਭਾਜੀ ਪੁੱਜੇ ਉਹਦੇ ਸਾਡੇ ਵਿਕਰਮ ਭਾਜੀ ਪੁੱਜੇ ਰੱਤੀ ਛਪੜੀ ਵਾਲੇ ਸ਼ਿਵਨਾਇਕ ਪ੍ਰਤਾਪ ਸਿੰਘ ਦੇ ਫਾਦਰ ਸਾਹਿਬ ਇਹਨਾਂ ਬੋਲਾਂ ਲਈ 500 ਦੇ ਵੱਡੇ ਮਾਣ ਪੁੱਜਦੇ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਹੈ ਨਾਲ ਹੀ ਸਾਡੇ ਅਜੇ ਸ਼ਰਮਾ ਜੀ ਚੱਕ ਭਗਵਾਨਾਂ ਜੋੜੀਆਂ ਵਾਲੇ 500 ਦੇ ਵੱਡੇ ਮਾਣ ਇਹਨਾਂ ਬੋਲਾਂ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੱਡਾ ਧੰਨਵਾਦ ਕਰਦੇ ਹਾਂ ਬਾਈ ਅਰੁਣ ਇੱਕ ਨੰਬਰ ਤੇ ਵਿਸ਼ੂ ਪਹਿਲਵਾਨ ਸੰਗਰਾਮਪੁਰ ਦੋਨੇ ਵੱਲ ਜਲਦੀ ਪੁੱਜੋ ਤਿਆਰੀ ਕਰਕੇ
ਭਾਈ ਆਮੀਰ ਖਾਨ ਪਰਚੀ ਲੈ ਜਾਓ ਆਪਣੀ। ਹੈਲੋ ਬਈ ਸਾਹਿਲ ਗੋਲਬਾਗ ਤੇ ਰਮਨ ਜਲਦੀ ਆਇਓ। ਸ਼ਿਵਾ ਤੇ ਇੱਕ ਛੋਟੀ ਕੁਸ਼ਤੀ ਹੈ ਬਈ ਸਚਿਨ, ਸ਼ਿਵਾ ਤੇ ਸਚਿਨ ਜਲਦੀ ਹੈ ਕੁਸ਼ਤੀ। ਚਲੋ 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 ਦਾ ਪੇਜ ਮਾਰੋ। ਮਰਾਦ ਅਲੀ ਤੇ ਜਰਨੈਲ ਵੀ ਜਲਦੀ ਆਓ। ਸੁਰਜੀਤ ਕਿੱਧਰ ਹੈ? ਸੁਰਜੀਤ ਉਧਰ, ਸੁਰਜੀਤ ਆ ਗਿਆ ਵੀ ਰਿਆਸੀ ਵਾਲਾ। ਹੱਥ ਜੋੜੀ ਕਰੀ ਗਿਆ ਵੀ ਬਿੱਲੂ ਪਹਿਲਵਾਨ ਹੁਸ਼ਿਆਰਪੁਰ ਆ ਫਿਰ ਬਿੱਲੂ ਕਰ ਹੱਥ ਜੋੜੀ ਨੌਜਵਾਨ। ਬਈ ਤਾੜੀਆਂ ਲਾ ਦਿਓ ਕੁਸ਼ਤੀ ਆ ਵੀ ਸਿਰੇ ਦੀ ਹੋਣੀ ਆ। ਤਿਆਰੀ ਕਰ ਲਿਓ ਪਹਿਲਵਾਨੋਂ ਬੇਨਤੀ ਹੈ ਭਾਈ। ਆਪਣੀ ਆਪਣੀ ਜਗ੍ਹਾ ਤੇ ਬੈਠੋ ਪਹਿਲਵਾਨ। ਜਿਹੜੇ ਪਹਿਲਾਂ ਦੀ ਹੱਥ ਜੋੜੀਆਂ ਹੋਈਆਂ ਪਹਿਲਵਾਨ ਤਿਆਰ ਹੋ ਜਾਓ ਭਾਈ। ਕਰਨ ਪਹਿਲਵਾਨ ਖਵਾਸ, ਸਾਜਨ ਪਾਟਾ ਹੱਥ ਜੋੜੀ ਕਰਿਓ ਆ ਕੇ। ਉਧਰ ਅਨੂਪ ਸਿੰਘ ਜੀ ਅਖਨੂਰ ਵਾਲੇ ਚੇਚੇ ਤੋਂ ਤੂੰ ਵਜੇ ਪਰਬਾ ਸਵਾਗਤ ਤਾਂ ਨਿੱਕੀ ਜੀਆਂ ਨੂੰ ਆਖਦੇ ਆ। ਅਨੂਪ ਸਿੰਘ ਜੀ ਅਖਨੂਰ ਵਾਲੇ ਵਜੇ ਆ ਪਰਬਾ ਸਵਾਗਤ ਹੈ। ਅਰੁਣ ਆਓ ਜਲਦੀ ਦੌੜ ਕੇ ਤੇ ਵਿਸ਼ੂ ਪਹਿਲਵਾਨ ਸੰਗਰਾਮਪੁਰ। ਵਿਸ਼ੂ ਕਿਹੜਾ ਵਿਸ਼ੂ ਭਾਈ? ਵਿਸ਼ੂ ਪਹਿਲਵਾਨ ਸੰਗਰਾਮਪੁਰ ਜਲਦੀ ਆਓ ਭੱਜ ਕੇ। ਮੁਰਾਦ ਅਲੀ ਤੇ ਜਰਨੈਲ ਜਲਦੀ ਆਇਓ। ਮੁਰਾਦ ਅਲੀ ਪਹਿਲਵਾਨ ਜਗਜੀ ਤੇ ਜਰਨੈਲ ਰਿਆਸੀ। ਹੈਲੋ ਬਹੁਤ ਬਹੁਤ ਧੰਨਵਾਦ ਕਰਦਾ, ਬਹੁਤ ਹੀ ਸਤਿਕਾਰਯੋਗ ਡੈਂਗਲ ਕਮੇਟੀ ਭਮਾਲ ਵਾਲੇ ਚੇਚੇ ਤੌਰ ਤੇ ਪੁੱਜੇ ਨੇ ਸਾਡੇ ਅਰੁਣ ਸ਼ਰਮਾ ਜੀ, ਨਾਲ ਹੀ ਛੋਟੂ ਬਾਜੀ ਹਿੰਦੂ ਬਾਜੀ ਬਹੁਤ ਬਹੁਤ ਚੇਚੇ ਤੌਰ ਤੇ ਪੁੱਜੇ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਆਖ ਲਿਆ ਵੀ ਭਮਾਲ ਦੀ ਧਰਤੀ ਤੇ 15 ਤਰੀਕ ਨੂੰ 15 ਅਕਤੂਬਰ ਨੂੰ ਵੱਡਾ ਦੰਗਲ ਹੋਣਾ ਹੈ, ਜਿੱਥੇ ਸ਼ਾਨਵੀਰ ਪਹਿਲਵਾਨ ਕੋਹਾਲੀ ਮੋਨੂ ਦਈਆ, ਨਾਲ ਹੀ ਮਨੀਰ ਪਹਿਲਵਾਨ ਪੰਜ ਗ੍ਰਾਈ ਫਿਜ਼ਾ ਬਿਲਾਵਰ ਸੁਰਜੀਤ ਰਿਆਸੀ ਦੇ ਲੇਖਨ, ਨਾਲ ਹੀ ਆਮੀਰ ਖਾਨ ਰਗਾੜਾ ਔਰ ਰਮਨ ਪਹਿਲਵਾਨ ਅਖਨੂਰ ਤੇ ਨਾਲ ਹੀ ਯੁਵਰਾਜ ਇਸੇ ਤਰ੍ਹਾਂ ਮਦਨ ਰਿਆਸੀ, ਇਹ ਮਨ ਜਿਹੜੇ ਚੇਚੇ ਤੌਰ ਤੇ ਪੁੱਜਣੇ ਆ। ਔਰ ਉੱਥੇ ਹੀ ਸਾਡੇ ਜਿਹੜੇ ਮੁੱਖ ਮਹਿਮਾਨ ਹੋਣਗੇ ਸ਼੍ਰੀ ਦਰਸ਼ਨ ਚਿਬ ਜੀ, ਜਿੱਥੇ ਅੱਜ ਵੱਡੀ ਮਾਲੀ ਦਾ ਇਨਾਮ ਦਰਸ਼ਨ ਚਿਬ ਜੀ ਹੋਰਾਂ ਵੱਲੋਂ ਦਿੱਤਾ ਜਾ ਰਿਹਾ ਹੈ। ਉੱਥੇ ਹੀ ਕਹਿ ਲਓ ਵੀ ਭਮਾਰ ਦੀ ਧਰਤੀ ਦੇ ਵੀ
ਜਿਹੜਾ ਪਹਿਲਾ ਇਨਾਮ ਹੈ, ਵੱਡੀ ਮਾਲੀ ਦਾ ਪਹਿਲਾ ਇਨਾਮ ਜਿਹੜਾ ਜਿਹੜਾ ਹੋਏਗਾ, ਇਹ ਨੋਟ ਕਰਦੇ ਆਈਏ, ਸ੍ਰੀ ਦਰਸ਼ਨ ਚਿਪ ਜੀ ਹੋਰਾਂ ਵੱਲੋਂ ਹੋਏਗਾ, ਇਹ ਵੀ ਨੋਟ ਕਰਦੇ ਆਈਏ। ਬਹੁਤ ਬਹੁਤ ਧੰਨਵਾਦ ਆ। ਮੈਂ ਪਹਿਲੇ ਕਿਹਾ ਵੀ ਉਹ ਕਿ ਸਮਾਜ ਸੇਵੀ ਹੈ, ਕੁਸ਼ਤੀ ਦੇ ਪ੍ਰਮੋਟਰ ਹੈ, ਕਹਿ ਲਓ ਵੀ ਕੁਸ਼ਤੀ ਨੂੰ ਪ੍ਰਮੋਟ ਕਰਦੇ ਹੈ। ਬਹੁਤ ਹੀ ਸਤਿਕਾਰਯੋਗ ਦਰਸ਼ਨ ਚਿਪ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਜਿੱਥੇ ਅੱਜ ਵੱਡੀ ਮਾਲੀ ਦਾ ਸਾਰਾ ਇਨਾਮ ਦਿੱਤਾ ਜਾਣਾ ਹੈ, ਪਰ 15 ਤਰੀਕ ਨੂੰ ਘੁਮਾਲ ਦੀ ਧਰਤੀ ਦੇ ਵੀ ਕਹਿ ਲਓ ਵੀ ਵੱਡੀ ਮਾਲੀ ਦਾ ਸਾਰਾ ਇਨਾਮ ਸਾਡੇ ਬਹੁਤ ਹੀ ਸਤਿਕਾਰਯੋਗ ਦਰਸ਼ਨ ਚਿਪ ਜੀ ਹੋਰਾਂ ਦੇਣਗੇ। ਇਹ ਵੀ ਨੋਟ ਕਰਦੇ ਆਈਏ। ਔਰ ਨਰੋਲ ਸਦਾ ਪੱਤਰ ਵਾਲੇ ਮੱਲਾਂ ਦੀਆਂ ਕੁਸ਼ਤੀਆਂ ਹੋਣੀਆਂ। ਉਧਰ ਅਕਰਮ ਪੁੱਜਿਆ ਚਵਾਦੀ ਵਾਲਾ, ਇੱਕ ਵਾਰੀ ਸਲਾਮੀ ਦੇ ਜਾ। ਅਕਰਮ ਪਹਿਲਵਾਨ ਚਵਾਦੀ, ਵਾਕਈ ਸਾਡੇ ਜੇਡਕੇ ਦੇ ਵੱਡੇ ਮੱਲਾਂ ਦੇ ਵਿੱਚ ਨਾਮ ਤਾਂ ਗੱਭਰੂ ਦਾ। ਆਖਿਰ ਨੌਜਵਾਨ ਇੱਕ ਵਾਰੀ ਭੱਜ ਕੇ ਆਦਰ ਚਵਾਦੀ ਵਾਲਾ ਅਕਰਮ ਜੀ ਨੇ ਖਾੜੇ ਨੂੰ ਸਲਾਮੀ ਦਿੱਤੀ ਹੈ। ਵਾਕਈ ਸਾਡੇ ਜੇਡਕੇ ਦੇ ਵੱਡੇ ਮੱਲਾਂ ਦੇ ਵਿੱਚ ਨਾਮ ਤਾਂ ਇਸ ਨੌਜਵਾਨ ਦਾ। ਇੱਕ ਵਾਰ ਫਿਰ ਤੋਂ ਆਖਿਰ ਰੋਡ ਸਾਡਾ ਵੀਰ ਭਮਾਲ ਤੋਂ ਚਿੰਚੇ ਤੌਰ ਤੇ ਪੁੱਜਿਆ। ਬਹੁਤ ਬਹੁਤ ਧੰਨਵਾਦ ਜਿੰਦੋ ਭਾਜੀ, ਜਿੰਦੋ ਭਾਜੀ ਬਹੁਤ ਬਹੁਤ ਧੰਨਵਾਦ ਹੈ। ਨਾਲੇ ਛੋਟੂ ਵੀਰ ਚਿੰਚੇ ਤੌਰ ਤੇ ਪੁੱਜਿਆ, ਬਹੁਤ ਬਹੁਤ ਧੰਨਵਾਦ ਹੈ। ਔਰ ਆਦੇ ਸਤੰਗਲ ਦਾ ਜਿੱਥੇ ਆਨੰਦ ਲੈ ਰਹੇ 15 ਤਰੀਕ ਲਈ ਸੱਦੇ ਨੇ। ਹੈਲੋ, 15 ਤਰੀਕ ਲਈ ਸੱਦੇ ਹੈ, ਇਹ ਵੀ ਸਾਰੇ ਭਰਾ ਨੋਟ ਕਰਿਓ। ਉਹਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਿਪਿਨ ਮਹਾਜਨ ਜੀ, ਆ ਨਾਲੀ ਕੁੱਕ ਭਾਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। 13 ਤਰੀਕ ਲਈ ਸੱਦੇ ਨੇ, ਅਖਨੂਰ ਦੀ ਧਰਤੀ ਦੇ ਵੱਡਾ ਦੰਗਲ ਹੋਣਾ ਹੈ। ਨਾਲੀ 14 ਤਰੀਕ ਜਿਹੜੀ ਹੋਏਗੀ, 14 ਤਰੀਕ ਦਮਾਣੇ ਦੇ ਦੰਗਲ ਦੀ ਤਰੀਕ ਹੋਏਗੀ, ਜਿੱਥੇ ਮਿਰਜ਼ਾ ਪਹਿਲਵਾਨ ਈਰਾਨ ਵਾਲਾ ਪੁੱਜੇਗਾ, ਇਰਫਾਨ ਪਹਿਲਵਾਨ ਈਰਾਨ ਬਣਿਆ ਜੰਮੂ, ਲੱਲੂ ਪਹਿਲਵਾਨ ਜੰਮੂ, ਮੋਨੂ ਦਈਆ, ਹੋਰ ਵੀ ਚੋਟੀ ਦੇ ਮਨ ਜਿਹੜੇ ਪੁੱਜਣਗੇ। ਤਰੀਕਾ ਜਿਹੜੀ 14, ਇਹ ਨੋਟ ਕਰੋ, ਦਮਾਣੇ ਦਾ ਦੰਗਲ ਹੋਏਗਾ। ਅੰਸ਼ੂ ਦਿੱਲੀ, ਕੱਲ੍ਹ ਨੂੰ ਘਟਾਰਵਾਂ ਦੇ ਦੰਗਲ ਦੀ ਤਰੀਕਾ ਹੈ, ਇਹ ਵੀ ਨੋਟ ਕਰਿਓ, ਕੱਲ੍ਹ ਨੂੰ ਘਟਾਰਵਾਂ ਦੇ ਵਿੱਚ ਦੰਗਲ ਹੋਣਾ ਹੈ। ਬਾਈ ਕੁਲਵੀਰ ਕੋਟ ਬੁਲਾ ਲੈ ਤੇ ਅੰਸ਼ੂ ਦਿੱਲੀ, ਜਲਦੀ ਆਓ ਤਿਆਰ ਹੋ ਕੇ। ਜਰਨੈਲ ਤੇ ਮੁਰਾਦਲੀ, ਅਰੁਣ ਆਓ ਵਿੱਚ, ਅਰੁਣ ਤੇ ਵਿਸ਼ੂ ਪਹਿਲਵਾਨ ਸੰਗਰਾਮਪੁਰ। ਬਾਈ ਵਿਸ਼ੂ ਕਿਹੜਾ, ਵਿਸ਼ੂ ਵਿਸ਼ੂ ਆਓ ਭਲਵਾਨ ਜੀ ਜਲਦੀ, ਵਿਸ਼ੂ ਪਹਿਲਵਾਨ ਸੰਗਰਾਮਪੁਰ। ਕਰਨ ਤੇ ਸਾਜਨ ਪਾਟਾ ਵੀ ਜਲਦੀ ਆਇਆ ਤਿਆਰ ਹੋ ਕੇ। ਆਦਰ ਵਾਕਈ ਸਾਡੇ ਜੇਡਕੇ ਦੇ ਵੱਡੇ ਮੱਲ ਵਿੱਚੋਂ ਰਸ਼ੀਦ ਮੁੱਜੇ, ਇੱਕ ਵਾਰੀ ਦਿਵਾਣੇ ਵਾਲਾ ਸਲਾਮੀ ਦੇ ਜਾ ਨੌਜਵਾਨ, ਭੱਜ ਗਏ ਰਸ਼ੀਦ ਪਹਿਲਵਾਨ ਵਿਜੇਪੁਰ। ਆਖਿਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਜ ਹੁਸੈਨ ਜੀ ਅਖਾੜੇ ਦਿਵਾਣੇ ਤੋਂ ਪੁੱਜੇ ਕੋਚ ਸਾਹਿਬ, ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਦਿਓ। ਆ ਰਸ਼ੀਦ ਹੈ ਜੰਮੂ ਵਾਲਾ, ਦਿਵਾਣੇ ਵਾਲਾ, ਜਿਹਨੇ ਅਖਾੜੇ ਨੂੰ ਸਲਾਮੀ ਦਿੱਤੀ ਹੈ। ਵਾਕਈ ਸਾਡੇ ਜੇਡਕੇ ਦੇ ਅਰਸਤਮਾਨ ਵਿੱਚ ਇੱਕ ਵੱਡਾ ਨਾਂ ਹੈ ਰਸ਼ੀਦ ਦਾ। ਕਰਨ ਤੇ ਸਾਜਨ ਪਾਟਾ ਜਲਦੀ ਆਇਓ। ਆ ਵੀ ਸੰਜੇ ਪਹਿਲਵਾਨ ਪਾਟਾ, ਇੱਕ ਵਾਰੀ ਸਲਾਮੀ ਦੇ ਜਾ ਖਾੜੇ ਨੇ ਭੱਜ ਗਏ।
ਸੰਜੇ ਪਹਿਲਵਾਨ ਪਾਟਾ ਬਾਈ ਤਾੜੀਆਂ ਲਾ ਦੇ ਇੱਕ ਵਾਰੀ ਜ਼ੋਰਦਾਰ। ਆ ਸੰਜੇ ਪਾਟੇ ਵਾਲਾ ਜਿਹਨੇ ਅਖਾੜੇ ਨੂੰ ਸਲਾਮੀ ਦਿੱਤੀ, ਅਖਾੜਾ ਰਾਜਾ ਮੰਡਲੀਕ ਪਾਟਾ। ਵਾਕਈ ਜੇ ਐਂਡ ਕੇ ਦੇ ਵਿੱਚ ਸਾਡੇ ਜੇ ਐਂਡ ਕੇ ਦਾ ਉੱਭਰਦਾ ਹੋਇਆ ਸਟਾਰ ਹੈ ਸੰਜੇ ਪਹਿਲਵਾਨ ਪਾਟਾ, ਜਿਹਨੇ ਅਖਾੜੇ ਨੂੰ ਸਲਾਮੀ ਦਿੱਤੀ ਹੈ। ਕਰੋ ਕੁਸ਼ਤੀ ਸ਼ੁਰੂ। ਆ ਵੀ ਮਨਜੀਤ ਪਹਿਲਵਾਨ ਰੋਹਤਕ, ਇੱਕ ਵਾਰੀ ਸਲਾਮੀ ਦੇ ਜਾ ਖਾੜੇ ਨੂੰ ਭਾਈ। ਮਾਲ ਤਾਂ ਬਹੁਤ ਵਧੀਆ, ਹੁਣ ਸਲਾਮੀਆਂ ਕਈ ਰਹਿ ਗਏ, ਨਾਰਾਜ਼ ਨਾ ਹੋਇਓ ਕੋਈ ਵੀ। ਕਿੱਥੇ ਮਨਜੀਤ? ਆ ਜਾ ਫਿਰ ਬਚ ਗਏ ਮਨਜੀਤ ਪਹਿਲਵਾਨ ਆ ਰੋਹਤਕ। ਤਾੜੀਆਂ ਲਾ ਦੇ ਜ਼ੋਰਦਾਰ ਆ ਰੋਹਤਕ ਵਾਲਾ ਮਨਜੀਤ, ਜਿਹਨੇ ਖਾੜੇ ਨੂੰ ਸਲਾਮੀ ਦਿੱਤੀ ਆਪਣੀ ਜੋੜਦਾ ਵਧੀਆ ਮੰਨ ਲੈ। ਆਉਂਦੇ ਕਾਕਾ ਪਹਿਲਵਾਨ ਪੁੱਜਿਆ ਆਰ ਐਸ ਪਰੇ ਵੱਲ, ਸਲਾਮੀ ਦੇ ਜਾ ਇੱਕ ਵਾਰੀ ਗੱਭਰੂ ਭੱਜ ਕੇ। ਕਾਕਾ ਪਹਿਲਵਾਨ ਆਰ ਐਸ ਪਰੇ ਵਾਲਾ ਜਿਹਨੇ ਸਲਾਮੀ ਦਿੱਤੀ ਹੈ, ਤਾੜੀਆਂ ਲਾ ਦੇ ਇੱਕ ਵਾਰੀ ਜ਼ੋਰਦਾਰ। ਅੰਸ਼ੂ ਪਹਿਲਵਾਨ ਜਿਹੜਾ ਮੈਦਾਨ ਦੇ ਵਿੱਚ, ਬੰਸ਼ੂ ਪਹਿਲਵਾਨ ਜਿਹੜਾ ਮੈਦਾਨ ਦੇ ਵਿੱਚ ਜਿੱਤ ਪ੍ਰਾਪਤ ਕਰ ਗਿਆ। ਆ ਵੀ ਕਰਨ ਤੇ ਸਾਜਨ ਪਾਟਾ, ਕਰਨ ਆਓ ਦੌੜ ਕੇ ਜਲਦੀ ਵਿੱਚ ਸਾਜਨ ਪਹਿਲਵਾਨ ਪਾਟਾ ਬਾਈ। ਕੁਲਵੀਰ ਤੇ ਅੰਸ਼ੂ ਜਲਦੀ ਆਓ, ਜਰਨੈਲ ਪ੍ਰਾਜੀ ਜਲਦੀ ਆਓ ਦੌੜ ਕੇ ਬਾਈ, ਜਲਦੀ ਆਓ। ਮਾਲ ਜਿਹਨਾਂ ਦੇ ਨਾਂ ਬੋਲਦੇ ਆ ਔਰ ਰਾਜ ਦੀ ਚਟਿਆਣੀ ਤੋਂ ਮੇਰਾ ਵੀਰ ਟੂਰ ਐਂਡ ਟਰੈਵਲ ਵਾਲਾ ਛਿੰਦੂ, ਮੇਰਾ ਵੀਰ ਛਿੰਦੂ ਚਨਿਆਣੀ, ਇਹਨਾਂ ਬੋਲਾਂ ਲਈ 500 ਰੁਪਏ ਦੇ ਵੱਡੇ ਮਾਣ ਪੌਦੇ ਕਰਦਾ। ਬਹੁਤ ਬਹੁਤ ਧੰਨਵਾਦ, ਵੱਡੇ ਮਾਣ ਇਹਨਾਂ ਬੋਲਾਂ ਲਈ ਪੌਦੇ ਕਰਦਾ। ਆ ਬਈ ਰਸ਼ੀਦ ਪਹਿਲਵਾਨ ਬੇਜੇ ਪਰ, ਇੱਕ ਵਾਰ ਦੇ ਸਲਾਮੀ ਪਹਿਲਵਾਨ ਆ ਰਸ਼ੀਦ ਪਹਿਲਵਾਨ ਬੇਜੇ ਪਰ ਖੜਾ ਦਮਾਣਾ। ਕਿੱਧਰ ਆ ਰਸ਼ੀਦ? ਆ ਭੱਜ ਗਏ ਨੌਜਵਾਨ, ਹੱਥ ਜੋੜੀ ਕਰੇਗਾ ਬਈ ਖਲੀ ਪਹਿਲਵਾਨ ਤਲੇਤਾ। ਆ ਬਈ ਖਲੀ, ਹੈਲੋ, ਆ ਸਾਹਮਣੇ ਕਹਿੰਦੇ ਖਲੀ ਤਲੇਤੇ ਵਾਲਾ। ਰੈਫਰੀ ਸਾਹਿਬ, ਇਸ ਕੁਸ਼ਤੀ ਦਾ ਕੀ ਫੈਸਲਾ ਬਈ? ਲਾਈਵ ਚ ਦੇਖ ਲਓ, ਨਹੀਂ ਤਾਂ ਹੁਣ ਕਈ ਵਾਰੀ ਰੈਫਰੀ ਤੋਂ, ਹਾਂ ਠੀਕ ਹੈ, ਦੇਖ ਲਓ ਵੀਡੀਓ ਚ ਦੇਖ ਲਓ। ਹੁਣ ਬਈ ਜੋ ਰੈਫਰੀ ਰੈਫਰੀ ਖੜਿਆ ਖਾੜੇ ਵਿੱਚ, ਦੇਖ ਲਓ ਵੀਡੀਓ ਦੇਖ ਲਓ ਬਈ। ਬਾਬਾ ਪਹਿਲਵਾਨ ਕੋਟ ਬਲਵਾਲ ਅਗਰ ਬੋਝਿਆ ਇੱਕ ਵਾਰ ਸਲਾਮੀ ਦੇਵੇ। ਬਾਈ ਰਾਹੁਲ ਪਹਿਲਵਾਨ ਰੋਚਕ, ਪਹਿਲਵਾਨ ਦੀਪਕ ਵਾਲੀ ਏਟਲ ਗੋਸਾ ਨੂੰ ਪਾਣੀ ਵੀ ਪਿਲਾ ਦਿਓ ਭਾਈ, ਠੰਡਾ ਜਾ ਬਈ। ਬੱਬਾ ਪਹਿਲਵਾਨ ਕੋਟ ਬਲਵਾਲ ਅਗਰ ਆਵਾਜ਼ ਸੁਣਦਾ ਜਲਦੀ ਆਵੇ ਬਾਈ। ਜਰਨੈਲ ਦੇ
ਰਾਧਾ ਦੀ ਜਲਦੀ ਆਓ ਅੰਸ਼ੂ ਤੇ ਕੁਲਵੀਰ ਆਸ਼ੇ ਪਰਿਕਵਾਲ ਤੇ ਖੜੱਪੂ ਜੰਮੂ ਭਾਈ ਖੜੱਪੂ ਜਲਦੀ ਪੁੱਜੇ ਸਾਡੇ ਵਿੱਚ ਸਾਹਿਲ ਪਹਿਲਵਾਨ ਗੋਲਬਾਗ ਤੇ ਰਮਨ ਪਹਿਲਵਾਨ ਅਖਨੂਰ ਬਈ ਨਦੀਮ ਪਹਿਲਵਾਨ ਡੋਡਾ ਅਗਰ ਪੁੱਜਿਆ ਤਾਂ ਸਲਾਮੀ ਦੇਵੇ ਖਾੜੇ ਪਾਤਸ਼ਾਹ ਜੀ ਨੂੰ ਨਦੀਮ ਪਹਿਲਵਾਨ ਡੋਡਾ ਬਈ ਦਰਸ਼ਕੋ ਉਧਰ ਨਦੀਮ ਪੁੱਜਿਆ ਡੋਡੇ ਵਾਲਾ ਇੱਕ ਵਾਰ ਪੈੜੀਆਂ ਲਾ ਦਿਓ ਪਹਿਲਵਾਨ ਦੇ ਲਈ ਜ਼ੋਰਦਾਰ ਬੈਠੋ ਨਦੀਮ ਅਮਨ ਸੰਧੂ ਤੇ ਗੋਤਮ ਖੋੜੇ ਵੀ ਤਿਆਰੀ ਕਰੋ ਆ ਵੀ ਪਹਿਲਵਾਨ ਪਹਿਲਵਾਨ ਰੱਤੀ ਛੱਪੜੀ ਇੱਕ ਵਾਰੀ ਸਲਾਮੀ ਦੇ ਜਾ ਨੌਜਵਾਨਾਂ ਭੱਜ ਕੇ ਆ ਫਿਰ ਪਹਿਲਵਾਨ ਆਦਰ ਪਹਿਲਵਾਨ ਪੁੱਜਿਆ ਰੱਤੀ ਛੱਪੜੀ ਅਖਾੜਾ ਵਾਕਈ ਬੜੀ ਸਿਰੇ ਦੀ ਕੋਲੀ ਇਸ ਗੱਭਰੂ ਦੀ ਸਾਡੇ ਸੁਦਾਗਰ ਸਰਪੰਚ ਸਾਹਿਬ ਜੀ ਹੋਰਾਂ ਦਾ ਸਪੁੱਤਰ ਹੈ ਪਹਿਲਵਾਨ ਪਹਿਲਵਾਨ ਰੱਤੀ ਛੱਪੜੀ ਐਂਚਲ ਪਹਿਲਵਾਨ ਜੇ ਕੇ ਵੀ ਅਖਾੜਾ ਰੱਤੀ ਛੱਪੜੀ ਇੱਕ ਵਾਰੀ ਸਲਾਮੀ ਦੇ ਜਾ ਅਖਾੜੇ ਨੂੰ ਭੱਜ ਕੇ ਜਿਹੜਾ ਕਿ ਅਖਾੜਾ ਚੱਲਦਾ ਰੱਤੀ ਛੱਪੜੀ ਸਾਡੇ ਐਂਚਲ ਭਲਵਾਨ ਜੀ ਚਲਾਉਂਦੇ ਆ ਵੱਡਾ ਧੰਨਵਾਦ ਕਰਦੇ ਆ ਉਧਰ ਸਲਾਮੀ ਦਿੱਤੀ ਐਂਚਲ ਪਹਿਲਵਾਨ ਜੇ ਕੇ ਪੀ ਹੱਥ ਖੜਾ ਕਰਦੇ ਵੀ ਮਰਾਦ ਅਲੀ ਪਹਿਲਵਾਨ ਜੱਟੀ ਨਗਰੋਟਾ ਤੇ ਜਰਨੈਲ ਪਹਿਲਵਾਨ ਰਿਆਸੀ ਬੜੀ ਵਧੀਆ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦੇ ਦਰਮਿਆਨ ਜਿਹੜੀ ਹੁਣ ਚੱਲੀ ਹੈ ਪੰਜ ਗਰਾਂ ਇੱਕ ਵਾਰ ਦੇ ਸਲਾਮੀ ਮੱਲਾ ਬੜਾ ਵਧੀਆ ਪਹਿਲਵਾਨ ਹੈ ਉਧਰ ਮਨੀਰ ਪੁੱਜੇ ਇੱਕ ਵਾਰ ਤਾੜੀਆਂ ਲਾ ਦਿਓ ਮਨੀਰ ਦੇ ਲਈ ਜ਼ੋਰਦਾਰ ਬਈ ਤਾੜੀਆਂ ਤੂੜੀਆਂ ਵਾਲਾ ਕੰਮ ਤਾਂ ਭਾਈ ਸਲਾਬਾ ਜਿਹਾ ਹੀ ਲੱਗਦਾ ਮੈਨੂੰ ਆਹ ਲੱਲੂ ਐ ਸ਼ਾਮ ਚੌਧਰੀ ਲੱਲੂ ਪਹਿਲਵਾਨ ਅਨਾਥ ਯਾਰਾ ਮਾਲਾ ਜੰਮੂ ਦਾ ਇੱਕ ਵਾਰ ਤਾੜੀਆਂ ਲਾ ਦਿਓ ਆ ਲੱਲੂ ਪੁੱਜਿਆ ਜੰਮੂ ਵਾਲਾ ਜਵਾਨ ਹੈ ਵਾਕਈ ਹਿੰਦੁਸਤਾਨ ਦਾ ਵੱਡਾ ਮਾਲਾ ਇੱਕ ਵਾਰ ਤਾੜੀਆਂ ਲਾ ਦਿਓ ਆ ਪਿੰਡੀਆਂ ਪੁੱਜਿਆ ਜੇ ਐਂਡ ਕੇ ਪੁਲਿਸ ਵਾਲਾ ਨੇਗੀ ਜੀਆਂ ਨੂੰ ਆਖਦੇ ਆ ਮੋਸਟ ਵੈਲਕਮ ਕਰਦੇ ਆ ਅੱਜ ਦੇ ਦੰਗਲ ਦੇ ਵਿੱਚ ਪਹੁੰਚਣ ਦੇ ਲਈ ਬਾਈ ਸ਼ੋਕੀ ਪਹਿਲਵਾਨ ਜਨਾਲਾ ਇੱਕ ਵਾਰੀ ਸਲਾਮੀ ਦੇ ਜਾ ਖਾੜੇ ਨੂੰ ਸ਼ੋਕੀ ਪਹਿਲਵਾਨ ਅਜਨਾਲਾ ਨਾਲ ਹੱਥ ਜੋੜੀ ਕਰੇ ਸ਼ੈਂਪੂ ਪਹਿਲਵਾਨ ਅਖਨੂਰ ਸ਼ੈਂਪੂ ਅਖਨੂਰ ਤਿਆਰ ਹੋ ਜੋ ਦੋਨੇ ਮਾਲਾ ਭਾਈ ਗੋਤਮ ਦੇ ਅਮਨ ਅਮਨ ਸੰਧੂ ਇਹ ਵੀ ਪਹਿਲਾਂ ਹੱਥ ਜੋੜੀ ਕਰਕੇ ਆਪਣੀ ਤਿਆਰੀ ਕਰਿਓ ਰਾਹੁਲ ਰੋਤਕ ਤੇ ਰਾਹੁਲ ਅਖਨੂਰ ਹੈਲੋ